6ਵੇਂ ਪੇ ਕਮਿਸ਼ਨ ਵਿੱਚ ਐਨਪੀਏ ਵਿੱਚ ਕਟੌਤੀ ਨੂੰ ਲੈ ਕੇ ਅੱਜ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਨੇ ਹੜਤਾਲ ਕੀਤੀ ਹੈ, ਜਿਸ ਦਾ ਅਸਰ ਨਾਭਾ ਵਿਖੇ ਵੀ ਦੇਖਣ ਨੂੰ ਮਿਲਿਆ। ਅੱਜ ਨਾਭਾ ਦੇ ਸਿਵਲ ਹਸਪਤਾਲ ਵਿੱਚ ਡਾਕਟਰਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਜ਼ਾਹਰ ਕਰਦੇ ਹੋਏ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਨੂੰ ਅਪੀਲ ਵੀ ਕੀਤੀ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਡਾਕਟਰਾਂ ਨੇ ਕਿਹਾ ਕਿ ਇੱਕ ਪਾਸੇ ਤਾਂ ਅਸੀਂ ਕੋਰੋਨਾ ਮਹਾਮਾਰੀ ਦੇ ਦੌਰਾਨ ਦਿਨ ਰਾਤ ਆਪਣੀਆਂ ਸੇਵਾਵਾਂ ਫਰੰਟ ਲਾਈਨ 'ਤੇ ਨਿਭਾ ਰਹੇ ਹਾਂ ਅਤੇ ਸਾਨੂੰ ਕੋਰੋਨਾ ਯੋਧਾ ਕਿਹਾ ਗਿਆ ਹੈ। ਸਾਡੇ ਤੋਂ 24 ਘੰਟੇ ਕੰਮ ਲਿਆ ਗਿਆ, ਸਾਨੂੰ ਕੰਮ ਬਦਲੇ ਕੋਈ ਵੀ ਅਵਾਰਡ ਦੇਣ ਦੀ ਬਜਾਏ ਸਾਡੇ ਤੋਂ ਖੋਹ ਲਿਆ ਗਿਆ ਅਤੇ ਕਿਹਾ ਕਿ ਦੂਸਰੇ ਪਾਸੇ ਸਰਕਾਰ ਸਾਨੂੰ 6ਵੇਂ ਪੇ ਕਮਿਸ਼ਨ ਵਿੱਚ ਕਟੌਤੀ ਕਰਕੇ ਸਾਡੇ ਦੇ ਨਾਲ ਧੱਕਾ ਕਰੀ ਹੈ, ਜਿਸ ਨੂੰ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅੱਜ ਤਾਂ ਸਿਰਫ OPD ਨੂੰ ਹੀ ਬੰਦ ਕੀਤਾ ਗਿਆ। ਉਹਨਾਂ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨੂੰ ਸਰਕਾਰ ਨਹੀਂ ਮੰਨਦੀ ਤਾਂ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ। ਸਰਕਾਰ ਵੱਲੋਂ ਬਹੁਤ ਹੀ ਮੰਦਭਾਗਾ ਫੈਸਲਾ ਹੈ ਜੋ ਸਾਡੀ ਕਟੌਤੀ ਕੀਤੀ ਗਈ ਹੈ। ਸਾਨੂੰ ਕਰੋਨਾ ਵੈਰੀਅਰ ਕਿਹਾ ਜਾਂਦਾ ਰਿਹਾ, ਸਾਨੂੰ 24 ਘੰਟੇ ਕੰਮ ਕਰਵਾਇਆ ਗਿਆ ਅਤੇ ਕੰਮ ਦਾ ਸਾਨੂੰ ਕੋਈ ਰਿਵਾਰਡ ਦੇਣ ਦੀ ਥਾਂ ਸਾਥੋਂ ਜੋ ਸਾਨੂੰ ਮਿਲਦਾ ਸੀ ਉਹ ਵੀ ਖੋਹ ਲਿਆ ਗਿਆ ਅਤੇ ਬਹੁਤ ਹੀ ਮੰਦਭਾਗਾ ਹੈ। ਅਤੇ ਅਸੀਂ ਸਰਕਾਰ ਦੇ 6ਵੇਂ ਪੇ ਕਮਿਸ਼ਨ ਦੀ ਨਿੰਦਾ ਕਰਦੇ ਹਾਂ ਅਤੇ ਅਸੀਂ ਆਸ ਕਰਦੇ ਹਾਂ ਸ਼ਾਇਦ ਸਰਕਾਰ ਦੇ ਕੰਨ 'ਤੇ ਜੂੰ ਸਿਰਕੇਗੀ ਅਤੇ ਸਾਡੀ ਗੱਲ ਉਹਨਾਂ ਤੱਕ ਪਹੁੰਚੇਗੀ ਅਤੇ ਸਾਨੂੰ NPA ਬੇਸਿਕ ਪੇ ਦੇ ਨਾਲ ਜੋੜਿਆ ਜਾਏਗਾ ਅਤੇ ਵਧਾ ਕੇ ਦਿੱਤਾ ਜਾਏਗਾ। ਇੱਕ ਪਾਸੇ ਸਰਕਾਰ ਕਹਿ ਰਹੀ ਹੈ ਵੀ ਡਾਕਟਰ ਵੀ ਫਰੰਟ ਲਾਈਨ 'ਤੇ ਕੰਮ ਕਰ ਰਹੇ, ਤੁਸੀਂ ਕਿਵੇਂ ਦੇਖਦੇ ਹੋ? ਦੂਜੇ ਪਾਸੇ ਤੁਹਾਡੇ ਕਟੌਤੀ ਡਾਕਟਰਾਂ ਨੇ ਪਿਛਲੇ 1.5 ਸਾਲ ਤੋਂ ਬਹੁਤ ਹੀ ਤਨਦੇਹੀ ਨਾਲ ਆਪਣਾ ਘਰ ਛੱਡ ਕੇ ਪਰਿਵਾਰ ਛੱਡ ਕੇ ਹਸਪਤਾਲਾਂ ਵਿੱਚ ਰਹਿ ਕੇ ਕੰਮ ਕੀਤਾ ਹੈ, ਆਪਣੀਆਂ ਜਾਨਾਂ ਦੀ ਬਿਨਾਂ ਪਰਵਾਹ ਕੀਤੇ ਹਸਪਤਾਲਾਂ ਵਿੱਚ ਕੰਮ ਕਰਕੇ ਕਰੋਨਾ ਮਰੀਜ਼ਾਂ ਦੀ ਸੇਵਾ ਕੀਤੀ ਆ। ਪਰ ਸਾਨੂੰ ਸਰਕਾਰ ਇਹ ਸਿਲਾ ਦੇਗੀ, ਅਸੀਂ ਇਹ ਸਰਕਾਰ ਤੋਂ ਉਮੀਦ ਨਹੀਂ ਸੀ ਕਰਦੇ ਅਤੇ ਸਾਡੇ ਨਾਲ ਬਹੁਤ ਹੀ ਧੋਖਾ ਹੈ। ਤੁਹਾਡਾ ਅਗਲਾ ਸੰਘਰਸ਼ ਕੀ ਹੋਵੇਗਾ ਜੀ? ਤੁਹਾਡੇ ਮੰਗਾਂ ਨਹੀਂ ਮੰਨੀਆਂ? ਜੇ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸੰਘਰਸ਼ ਤੇਜ਼ ਕਰਾਂਗੇ। ਇਸ ਵੇਲੇ ਸਿਰਫ OPD ਸਰਵਿਸਿਸ ਹੀ ਬੰਦ ਕੀਤੀਆਂ ਗਈਆਂ, ਪਰ ਜੇ ਅੱਗੇ ਸਾਡੀ ਕੋਈ ਗੱਲ ਸੁਣਵਾਈ ਨਾ ਹੋਈ ਤਾਂ ਜੋ PCMS ਯੂਨੀਅਨ ਫੈਸਲਾ ਕਰੇਗੀ ਅਸੀਂ ਐਮਰਜੈਂਸੀ ਬੰਦ ਕਰ ਸਕਦੇ ਹਾਂ, MLR ਵਗੈਰਾ ਜੋ ਹੈ ਉਹ ਬੰਦ ਕਰਾਂਗੇ, ਜਾਂ ਕਰੋਨਾ ਦੇ ਰਿਲੇਟਡ ਵੈਕਸੀਨੇਸ਼ਨ ਦਾ ਕੰਮ ਪ੍ਰਭਾਵ ਹੋ ਸਕਦਾ ਗਾ ਜੇ ਸਰਕਾਰ ਸਾਡੀ ਗੱਲ ਨਹੀਂ ਮੰਨਦੀ। ਪੇ ਕਮਿਸ਼ਨ ਦੀ ਰਿਪੋਰਟ ਜੋ ਇਸ ਵਾਰ ਆਈ ਹੈ ਉਹ ਬਹੁਤ ਸਰਕਾਰ ਦੀ ਮਾਰੂ ਨੀਤੀ ਹੈ ਕਿ ਤਨਖਾਹਾਂ ਵਧਾਉਣ ਦੀ ਬਜਾਏ ਉਲਟਾ ਤਨਖਾਹਾਂ 'ਤੇ ਕੱਟ ਲੱਗ ਰਿਹਾ ਹੈਗਾ। ਜੋ ਇੰਨੇ ਸਾਲਾਂ ਤੋਂ ਸਾਨੂੰ ਬੇਸਿਕ ਸੈਲਰੀ ਦੇ ਨਾਲ NPA ਦੇ ਮਿਲਦਾ ਹੁੰਦਾ ਸੀਗਾ 25%, ਉਹਨੂੰ ਘਟਾ ਕੇ 20% ਕਰ ਦਿੱਤਾ ਗਿਆ ਹੈ ਅਤੇ ਉਹਨੂੰ ਸਾਡੀ ਬੇਸਿਕ ਸੈਲਰੀ ਦੇ ਨਾਲੋਂ ਅਲੱਗ ਪਾਰਟ ਬਣਾ ਕੇ ਹੁਣ ਸਾਨੂੰ ਉਸ 'ਤੇ ਜੋ ਪੱਤੇ ਸਾਨੂੰ ਮਿਲਦੇ ਸੀਗੇ ਪਹਿਲਾਂ ਬੇਸਿਕ ਪੇ ਅਤੇ NPA ਦਾ ਮਿਲਾ ਕੇ ਹੁਣ ਸਾਨੂੰ ਸਿਰਫ ਬੇਸਿਕ ਪੇ 'ਤੇ ਹੀ ਪੱਤੇ ਮਿਲਣਗੇ। ਉਹਦੇ ਨਾਲ ਸਾਡੀ ਜੋ ਸੈਲਰੀ ਤਨਖਾਹ ਹੈ ਬਹੁਤ ਜ਼ਿਆਦਾ ਘੱਟ ਜਾਏਗੀ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਦਾ ਇਹ ਨੁਕਸਾਨ ਹੋਏਗਾ ਕਿ ਜਿੰਨਾ ਮੈਡੀਕਲ ਲਾਈਨ ਜੁਆਇਨ ਕਰਨ ਤੋਂ ਪਹਿਲਾਂ ਵੀ ਬੱਚੇ 100 ਲੱਖ ਰੁਪਏ ਖਰਚ ਕਰਦੇ ਨੇ ਜੋ ਉਹ ਇਸ ਲਾਈਨ 'ਚੋਂ ਆਉਣ ਤੋਂ ਹਟ ਜਾਣਗੇ। ਦੂਜੀ ਗੱਲ ਜੋ ਸਰਕਾਰ ਦੇ ਵਿੱਚ ਸਰਕਾਰੀ ਨੌਕਰੀ ਦੇ ਵਿੱਚ ਇੱਕ ਇਹ ਲੁਕਰੇਟਿਵ ਸਮਝਿਆ ਜਾਂਦਾ ਸੀਗਾ ਕਿ ਇਹਨਾਂ ਨੂੰ ਸੈਲਰੀ ਚੰਗੀ ਮਿਲਦੀ ਹੈ, ਜਦੋਂ ਸੈਲਰੀ ਨਹੀਂ ਚੰਗੀ ਮਿਲਣੀ ਤਾਂ ਇੱਥੇ ਸਰਕਾਰੀ ਸਿਸਟਮ ਦੇ ਵਿੱਚ ਡਾਕਟਰ ਆਉਣ ਤੋਂ ਗਰੇਜ਼ ਕਰਨਗੇ, ਕੋਈ ਇਹਨੂੰ ਇੱਥੇ ਨਹੀਂ ਜੋਬ ਲਈ ਅਪਲਾਈ ਕਰੇਗਾ। ਸਰਕਾਰ ਕੋਲ ਪਹਿਲਾਂ ਹੀ ਡਾਕਟਰਾਂ ਦੀ ਘਾਟ ਹੈ, ਹੁਣ ਵੀ ਜੋ ਮਹਾਂਮਾਰੀ ਚੱਲੀ ਹੋਈ ਹੈ ਜਿਵੇਂ ਕਰੋਨਾ ਦੀ, ਉਹਦੇ ਵਿੱਚ ਇੰਨੇ ਡਾਕਟਰਾਂ ਨੂੰ ਮਤਲਬ ਜਿੰਨੀ ਜ਼ਰੂਰਤ ਹੈ ਉਸ ਤੋਂ ਘੱਟ ਡਾਕਟਰ ਨੇ ਸਾਡੇ ਕੋਲ, ਫਿਰ ਵੀ ਸਰਕਾਰ ਦੀ ਨੀਤੀਆਂ ਉਲਟਾ ਇਸ ਤਰ੍ਹਾਂ ਦਾ ਰਵੱਈਆ ਅਪਣਾ ਰਹੇ ਨੇ ਕਿ ਜਿੰਨੇ ਡਾਕਟਰ ਹੁਣ ਕੰਮ ਕਰ ਰਹੇ ਨੇ ਉਸ ਤੋਂ ਵੀ ਜ਼ਿਆਦਾ ਘੱਟ ਜਾਣਗੇ ਜੇ ਇਹ ਕੰਮ ਚੱਲਦਾ ਰਿਹਾ, ਅਤੇ ਉਹਦਾ ਸਾਰਾ ਖਮਿਆਜ਼ਾ ਗਰੀਬ ਮਰੀਜ਼ਾਂ ਨੂੰ ਭੁਗਤਣਾ ਪਏਗਾ ਕਿ ਸਰਕਾਰੀ ਦੇ ਵਿੱਚ ਕੋਈ ਡਾਕਟਰ ਆਪਣੀ ਸੇਵਾ ਦੇਣ ਲਈ ਨਹੀਂ ਆਏਗਾ। ਸਰ, ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਾਡਾ ਜਿਹੜਾ ਅਸੀਂ ਕਰੋਨਾ ਦੇ ਟਾਈਮ ਦੇ ਵਿੱਚ ਬਹੁਤ ਮਿਹਨਤ ਕੀਤੀ ਹੈ, ਸਾਨੂੰ ਗੌਰਮੈਂਟ ਨੇ ਸਾਨੂੰ ਇਸਦਾ ਰਿਵਾਰਡ ਦੇਣ ਦੀ ਜਗ੍ਹਾ ਜਿਹੜੀਆਂ ਸਾਡੀਆਂ ਸੈਲਰੀਆਂ ਮਿਲਦੀਆਂ ਸੀ ਉਸ 'ਚ ਕਟੌਤੀ ਕੀਤੀ ਹੈ। ਜਿਹੜਾ ਸਾਨੂੰ ਪਹਿਲਾਂ NPA 25% ਮਿਲਦਾ ਸੀਗਾ, ਸਰਕਾਰ ਨੇ ਉਹ ਘਟਾ ਕੇ 20% ਕਰ ਦਿੱਤਾ ਅਤੇ ਉਸ ਨੂੰ ਪਹਿਲਾਂ ਸਾਡੇ ਜਿਹੜੇ ਅਲਾਉਂਸ ਬਣਦੇ ਸੀਗੇ ਬੇਸਿਕ ਪੇ ਪਲੱਸ NPA ਨੂੰ ਮਿਲਾ ਕੇ ਬਣਦੇ ਸੀਗੇ, ਹੁਣ ਗੌਰਮੈਂਟ ਨੇ ਜਿਹੜਾ NPA ਹੈ ਉਹ ਡੀਲਿੰਗ ਕਰ ਦਿੱਤਾ ਬੇਸਿਕ ਪੇ ਤੋਂ, ਜਿਸ ਦੇ ਕਾਰਨ ਸਾਡੀਆਂ ਤਨਖਾਹਾਂ ਪਹਿਲਾਂ ਨਾਲੋਂ ਘੱਟ ਜਾਣਗੀਆਂ। ਇਸਦਾ ਸਾਨੂੰ ਬਹੁਤ ਨੁਕਸਾਨ ਹੋਏਗਾ ਅਤੇ ਅਸੀਂ ਡਿਮਾਂਡ ਤੋਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਸਾਡੀ ਜਿਹੜੀ ਜਿਹੜਾ ਬੇਸਿਕ ਪੇ ਅਤੇ NPA ਨੂੰ ਇਕੱਠਾ ਕੀਤਾ ਜਾਵੇ, ਇਸ ਨੂੰ ਡੀਲਿੰਕ ਨਾ ਕੀਤਾ ਜਾਵੇ ਅਤੇ ਸਾਡਾ ਜਿਹੜਾ NPA ਵਧਾ ਕੇ 25% ਤੋਂ ਵਧਾ ਕੇ 33% ਕੀਤਾ ਜਾਵੇ। ਅਤੇ ਸਾਨੂੰ ਜਿਹੜੀ ਅਸੀਂ ਕਰੋਨਾ ਦੇ ਟਾਈਮ ਇੰਨਾ ਅਸੀਂ ਸਾਡੇ ਡਾਕਟਰ ਸ਼ਹੀਦ ਹੋਏ ਨੇ, ਜਿਹੜੇ ਡਾਕਟਰਾਂ ਨੇ ਜਾਨਾਂ ਗਈਆਂ ਨੇ, ਉਹਨਾਂ ਦੇ ਫੈਮਲੀਜ਼ ਦਾ ਕੁਝ ਕੀਤਾ ਜਾਵੇ, ਉਹਨਾਂ ਨੂੰ ਰਿਵਾਰਡ ਮਿਲਣਾ ਚਾਹੀਦਾ ਅਤੇ ਸਾਡੀ ਵੀ ਜਿਹੜੀ ਕਰੋਨਾ ਦੀ ਜਿਹੜਾ ਅਸੀਂ ਕੰਮ ਕੀਤਾ ਉਸਦੀ
उसके काम के लिए सानू रिवॉर्ड किया जाए तो सानू इंसेंटिव दिए जाए तो पर सरकार साड़ी गल बिल्कुल नहीं सुन रही है तो सरकार ने साड़ियां जिहड़ियां तनखावां ने पहलां नालों घटा दित्तियां ने इसलिए साडे दे विच पूरा रोष है साडे PCMS एसोसीएशन दे नाल डेंटल डॉक्टर्स एलोपैथिक डॉक्टर आयुर्वेदिक डॉक्टर होम्योपैथी डॉक्टर जो भी सरकारी डॉक्टर ने सारे डॉक्टरों के भारी रोष पाया गया तो असी इस गल तो पूरी तरह नाराज हाँ असी इस गल तो पूरी तरह असी सरकार तो मंग करते हैं कि साड़ियां जिहड़ियां मंगां पूरी तरह मन्नियां जाण असी संघर्ष अगे होर तेज़ करांगे असी सरकार नूं बेनती करदे हां मंग करदे हां कि साडियां जिहड़ियां डिमांड्स हैं उन्हां नूं पूरा किया जाए मन्निया जाए पर जे अगर सानूं सरकार साडियां गल्लां नहीं मनदी तां सानूं मजबूरन सानूं अगे अपना संघर्ष होर तेज़ करना पएगा। आवाज़ कम टीवी लई नाभा तों पत्रकार तरुण मेहता दी रिपोर्ट।